ਹੋਵੇ ਤੁਸੀਂ ਕਦੀ ਵੀ ਆਪਣੀ ਗੋਦੀ ਤੋਂ ਸਾਨੂੰ ਦੂਰ ਨਹੀਂ ਕੀਤਾ। ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਅੱਜ ਵਾਪਸ ਬਿਲਕੁਲ ਨਹੀਂ ਆਉਣਾ, ਪਰ ਹੁਣ ਵੇਖੀ ਤੂੰ ਪਿੱਛੇ ਇਕੱਲੀ ਨਾ ਰਹਿ ਜਾਈ, ਅਸੀਂ ਤੁਰਾਂਗੇ ਸਾਡੇ ਨਾਲ ਤੁਰੀ, ਕਿਉਂਕਿ ਤੇਰੀ ਗੋਦ ਦਾ ਨਿੱਤ ਅਸੀਂ ਸੱਚਖੰਡ ਵਿੱਚ ਵੀ ਮੰਨਣਾ। ਮਾਤਾ ਜੀ ਹੱਸ ਕੇ ਕਹਿੰਦੇ, ਬੇਟਾ ਤੁਸੀਂ ਚੱਲੋ, ਮੈਂ ਆ ਰਹੀ ਹਾਂ ਪਿੱਛੇ, ਤੁਹਾਡਾ ਦਾਦਾ ਇੰਤਜ਼ਾਰ ਕਰ ਪਾ ਹੈ। ਸ਼ਬਦ ਵਰਤੇ ਨੇ ਸੀਤਲ ਸਾਹਿਬ ਨੇ ਉਸ ਬਜ਼ੁਰਗ ਨੇ ਕਿ ਤੁਰ ਪੈ ਦੋਵੇਂ ਲਾਡ ਲਈ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਉਡੀਕਾਂਗੇ ਸੀ ਸੱਚਖੰਡ ਵੀ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਤੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਤੇਰੇ ਬਾਜੋ ਲੋਰੀਆਂ ਦੇ ਕਿੰਨੇ ਸੁਣਾਉਣਾ। ਮਾਂ ਅਸੀਂ ਤੁਰ ਲੱਗਿਆ, ਮਾਤਾ ਜੀ ਬੜੇ ਸ਼ਬਦ ਕਹਿੰਦੇ ਹਨ, ਚੱਲੋ ਮੇਰੇ ਹੀਰਿਓ ਮੈਂ ਮਗਰੇ ਹਾਂ। ਗੁਰਮੁਖੋ ਸੱਚੀ ਮੈਂ ਕਈ ਵਾਰੀ ਸੋਚਣਾ, ਪਿਓ ਤੇ ਮਾਂ ਝਿੜਕ ਦਿੰਦੇ ਨੇ, ਦਾਦੀ ਦੇ ਅੰਦਰ ਨੂੰ ਪੁੱਛ ਕੇ ਦੇਖੋ ਉਹਦਾ ਅੰਦਰ ਕਦੀ ਵੀ ਪੋਤਿਆਂ ਦੀ ਝਿੜਕ ਬਰਦਾਸ਼ਤ ਨਹੀਂ ਕਰਦਾ। ਮਾਤਾ ਜੀ ਕਹਿੰਦੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦਵਾਨੇ ਰਾਮ ਕਾਲ ਮਾਵਾਂ ਦੀਆਂ ਬਾਹਾਂ, ਜਿੱਧਰ ਉੱਡਦੇ ਹੰਸ ਉੱਧਰ ਜਾਂਦੀਆਂ ਛਾਵਾਂ, ਤੋਰ ਘਰ ਦੀਆਂ ਰੌਣਕਾਂ ਮੈਂ ਸੱਚ ਖੰਡ ਵਸਾਵਾਂ, ਮੇਰੇ ਬੱਚਿਓ ਚੱਲੋ ਮੈਂ ਤੁਹਾਡਾ ਸਾਥ ਵੀ ਛੱਡਾਂ। ਸਾਹਿਬਜ਼ਾਦੇ ਉਤਰਦੇ ਆ, ਰਾਤ ਮੈਂ ਬੇਨਤੀ ਕੀਤੀ ਸੀ ਮਾਤਾ ਜੀ ਬਾਰੇ, ਇਹ ਉਹ ਮਾਂ ਹੈ ਜਿਹਨੇ ਸੱਚੀ ਮੁੱਚੀ ਪਤੀ ਤੁਰਦਾ ਵੀ ਦੇਖਿਆ ਤੇ ਪਤੀ ਦਾ ਸੀਸ ਵੀ ਦੇਖਿਆ। ਅੱਜ ਉਹ ਆਪਣੇ ਪੋਤਿਆਂ ਨੂੰ ਤੋਰਨ ਵਾਸਤੇ ਖਲੋਤੀ। ਸਾਹਿਬਜ਼ਾਦੇ ਮੱਥਾ ਟੇਕ ਕੇ ਉਤਰਦੇ ਆ, ਛੋਟੇ ਛੋਟੇ ਚੰਨ, 7 ਸਾਲ 9 ਸਾਲ ਦੀ ਆਰਗਲਾ, ਸਾਹਿਬਜ਼ਾਦੇ ਤੁਰੇ ਜਾ ਰਹੇ ਆ, ਮਾਤਾ ਜੀ ਦੇਖਦੇ ਆ, ਇੱਥੇ ਸੀਤਲ ਸਾਹਿਬ ਇੱਕ ਬਲਬਲਾ ਦਿੰਦੇ ਆ, ਕਹਿੰਦੇ ਨੇ ਅੱਜ ਸਾਰਾ ਅੱਖਾਂ ਦੇ ਸਾਹਮਣੇ ਆ ਗਿਆ, ਫਤਿਹ ਸਿੰਘ ਦਾ ਜਨਮ, ਬਾਬਾ ਜ਼ੋਰਾਵਰ ਸਿੰਘ ਦਾ ਜਨਮ, ਮਾਤਾ ਜੀਤੋ ਜੀ ਦਾ ਆਉਣਾ, ਮਾਤਾ ਜੀਤੋ ਜੀ ਦਾ ਘਰ ਵਸਣਾ, ਸਾਰਾ ਖੇੜਾ ਸਭ ਕੁਝ ਚੇਤੇ ਆਇਆ। ਜਦੋਂ ਸਭ ਕੁਝ ਚੇਤੇ ਆਇਆ, ਕਾਲ ਦੇ ਪਰਦੇ ਨੂੰ ਪਾੜ ਕੇ ਸੁਰਤ ਨੂੰ ਤੁਕ ਜਾ ਚੁੱਕੀ, ਉੱਥੇ ਸ਼ਬਦ ਵਰਤਦੇ ਆ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ, ਸਿਹਰੇ ਕਿੰਨੇ ਲੱਗਦੇ ਇਸ ਉਮਰੇ ਪਿਆਰੇ, ਟੁੱਟਣਗੇ ਅੱਜ ਅੰਬਰੋਂ ਤੋਂ ਰੋਸ਼ਨ ਤਾਰੇ, ਤਾਕੇ ਫਿੱਕੇ ਪੈਣਗੇ ਚੂਰ ਸੂਰਜ ਚੰਨ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਬਿਆਰੇ, ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ। 13 ਪੋਹ ਦਾ ਜਿਹੜਾ ਦਿਨ